ਪੰਜਾਬੀਓ, ਕਿਤੇ ਨਾ ਭੱਜੋ, ਕਿਤੇ ਨਾ ਜਾਓ ਬਾਹਰਲੇ ਮੁਲਕਾਂ 'ਚ, ਕਾਮਯਾਬੀ ਸੱਚੀ ਇੱਥੇ ਮਿਹਨਤ ਕਰਕੇ ਵੀ ਮਿਲਦੀ ਆ। ਆਹ ਮੈਂ ਫਾਰਮ 'ਤੇ ਆਇਆ ਨਾ, ਤਾਂ ਇਹ ਮੱਝਾਂ ਦਾ ਫਾਰਮ ਹੈ, ਪਿੰਦੀ ਸਿੱਧੂ ਦਾ ਫਾਰਮ ਹੈ। ਯਾਰ ਇੱਕ ਕਿੰਗ ਬੰਦੇ ਨੂੰ ਮਿਲਾਉਣਾ, ਕਿੰਗ ਮੈਂ ਕਿਉਂ ਕਹਿ ਰਿਹਾ, ਕਿਉਂਕਿ ਯਾਰ ਇੱਥੇ ਆ ਕੇ ਤੁਸੀਂ ਆਹ ਦਰਵਾਜ਼ੇ 'ਤੇ ਖੜ੍ਹ ਕੇ ਯਾਰ ਇਹ ਗੱਲ ਕਹਿ ਹੀ ਨਹੀਂ ਸਕਦੇ ਕਿ ਉਹ ਬਾਦਸ਼ਾਹ ਬੰਦਾ ਨਹੀਂ ਗਾ। ਆ ਜਾਓ ਫਾਰਮ ਦਿਖਾਉਣਾ, ਅਤੇ ਇਹ ਸਾਰਾ ਕੁਛ ਜਿੰਨਾ ਵੀ ਕੁਛ ਤੁਸੀਂ ਬਣਿਆ ਦੇਖ ਰਹੇ ਹੋ ਨਾ, ਇਹ ਸਾਰਾ ਕੁਛ ਪਿੰਦੀ ਨੇ ਆਪਣੀ ਮਿਹਨਤ ਨਾਲ ਮੱਝਾਂ ਦੇ ਵਿੱਚੋਂ ਇੰਨੀ ਮਿਹਨਤ ਕਰਕੇ। ਡੋਗ ਬਰੀਡਿੰਗ ਦਾ ਵੀ ਕੰਮ ਕੀਤਾ ਪਹਿਲਾਂ ਪਿੰਦੀ ਨੇ, ਸੋਸ਼ਲ ਮੀਡੀਆ 'ਤੇ ਵੀ ਛਾਇਆ ਹੋਇਆ, ਸੋਸ਼ਲ ਮੀਡੀਆ 'ਤੇ ਵੀ ਕਮਾਲ ਦਾ ਕੰਮ ਕਰਦਾ। ਅਤੇ ਆ ਇੰਨਾ ਕੁਛ ਦੇਖੋ ਕਿੰਨਾ ਸੋਹਣਾ ਫਾਰਮ, ਦੇਖੋ ਕਿਵੇਂ ਖੁੱਲੀਆਂ ਖੱਲੀਆਂ ਛੱਡਣ ਨੂੰ ਮੱਝਾਂ ਦਾ ਬਣਾਇਆ ਹੋਇਆ। ਆਹ ਦੇਖ ਕਿਵੇਂ ਇੱਧਰਲੇ ਪਾਸੇ ਯਾਰ, ਕਿਵੇਂ ਇੱਧਰਲੇ ਪਾਸੇ ਫਾਰਮ ਪਾਇਆ ਹੋਇਆ, ਤੁਸੀਂ ਦੇਖੋ ਇੱਥੇ ਬੰਨੀਆਂ, ਇਕੱਲੀ ਇਕੱਲੀ ਮੱਝ ਨੂੰ ਓਨੀ ਓਨੀ ਜਗ੍ਹਾ ਦਿੱਤੀ ਆ, ਉਹਦੇ ਵਿੱਚ ਆਹ ਲੋਹੇ ਦੇ ਪੈਪ ਲਾਤੇ ਆ। ਇੱਧਰਲੇ ਪਾਸੇ ਕੁਛ ਸੀਕ੍ਰੇਟ ਵੀ ਪਏ ਆ, ਇਹਦੇ ਸੀਕ੍ਰੇਟ 'ਤੇ ਵੀ ਗੱਲ ਕਰਾਂਗੇ। ਕਾਮਯਾਬੀ ਲਈ ਕੁਛ ਮਿਹਨਤ ਵੀ ਕੰਮ ਕਰਦੀ ਹੈ, ਕੁਛ ਤਕਨੀਕਾਂ ਵੀ ਕੰਮ ਕਰਦੀਆਂ ਕਾਮਯਾਬੀ ਲਈ। ਪਰ ਪ੍ਰੀਤ ਮਾੜਾ ਜਿਹਾ ਕੈਮਰਾ ਮੇਰੇ ਨੂੰ ਹਟ ਕੇ ਥੋੜ੍ਹਾ ਜਿਹਾ ਮੱਝਾਂ 'ਤੇ ਨਿਗਾਹ ਰੱਖੀ ਕਿ ਕਿਵੇਂ ਬਾਈ ਨੇ ਆਹ ਬਲੈਕ ਗੋਲਡ ਇਕੱਠਾ ਕੀਤਾ ਪਿੰਦੀ ਨੇ। ਮੈਂ ਪਿੰਦੀ ਨੂੰ ਮਿਲਾਉਣਾ, ਉੱਧਰਲੇ ਪਾਸੇ ਥੋੜ੍ਹੀਆਂ ਜਿਹੀਆਂ ਗਾਵਾਂ 'ਤੇ ਵੀ ਕੰਮ ਕਰ ਰਿਹਾ ਅਸਲ ਦੇ ਵਿੱਚ, ਪਰ ਮੱਝਾਂ ਦਾ ਕੰਮ ਆ ਜਿਹੜਾ ਬੜਾ ਆਨੰਦ ਆ ਰਿਹਾ, ਸਵਾਦ ਆ ਰਿਹਾ। ਪਿੰਦੀ ਬਾਈ, ਬਾਈ ਸਤਿ ਸ਼੍ਰੀ ਅਕਾਲ, ਸੋਹਣਿਆ ਸਤਿ ਸ਼੍ਰੀ ਅਕਾਲ। ਸੋਹਣ ਲੱਗੇ ਵੀ ਮੈਨੂੰ ਲੱਗਦਾ ਵੀ ਪੰਜਾਬ ਦੇ ਨੌਜਵਾਨਾਂ ਲਈ ਤੇਰੀ ਸਟੋਰੀ ਆ ਜਿਹੜੀ ਉਹ ਸਿੱਖਣ ਵਾਲੀ ਆ। ਠੀਕ ਹੈ ਜੀ ਵੀਰੇ। ਪਿੰਦੀ ਬਾਈ, ਜੋ ਫਾਰਮ ਬਣਿਆ ਸਾਰਾ ਕੁਛ ਬਣਿਆ, ਹਾਂਜੀ ਬਾਈ, ਇਹ ਮੱਝਾਂ ਦੀ ਕਮਾਈ 'ਚੋਂ ਹੀ ਆ? ਹਾਂਜੀ, ਬਸ ਮੱਝਾਂ ਕੁੱਤਿਆਂ ਦੀ ਕਮਾਈ 'ਚੋਂ ਆ ਗਈ ਆ ਜੀ। ਹਾਂ, ਤਾਂ ਉਦੋਂ ਬਾਅਦ ਫਿਰ ਸਾਰੀ ਮੱਝਾਂ ਦੀ ਕਮਾਈ ਹੈ ਜੀ। ਮਤਲਬ ਪਹਿਲਾਂ ਡੋਗ ਬਰੀਡਿੰਗ ਮੈਂ ਦੱਸ ਕੇ ਆਇਆ ਵੀ ਡੋਗ ਬਰੀਡਿੰਗ ਦਾ ਕੰਮ ਕੀਤਾ। ਹਾਂਜੀ ਬਿਲਕੁਲ ਜੀ। ਹੁਣ ਮਤਲਬ ਮੱਝਾਂ ਦੀ ਬਰੀਡਿੰਗ 'ਤੇ ਜ਼ਿਆਦਾ ਕੰਮ? ਹਾਂਜੀ ਬਿਲਕੁਲ ਜੀ। ਕਿੰਨੀਆਂ ਟੋਟਲ ਕਿੰਨੀਆਂ ਮੱਝਾਂ ਬਾਈ? ਹੁਣ ਆਪਣੇ ਕੋਲ ਹੈਗੀਆਂ ਜੀ ਇਹ 24 ਗਾ ਜੀ। 24? ਜ਼ਿਆਦਾ ਮੋਹਰਾਂ 'ਤੇ ਕੰਮ ਕਰ ਰਹੇ ਹੋ? ਹਾਂਜੀ, ਜ਼ਿਆਦਾ ਮੋਹਰਾਂ 'ਤੇ ਹੈ ਜੀ, ਬਾਕੀ ਨੀਲੀ ਦਾ ਵੀ ਹੁਣ ਕਰਨਾ, ਤਾਂ ਨੀਲੀ ਦਾ ਵੀ ਤਾਂ ਜ਼ਿਆਦਾ, ਕਿਉਂਕਿ ਨੀਲੀ ਦਾ ਵੀ 3-4 ਮੱਝਾਂ ਅਤੇ ਉਹ ਜ਼ਿਆਦਾ ਕੱਟੇ ਦੇ ਦਿੰਦੀਆਂ, ਉਹਦੀ ਸਪੀਡ ਵਧਣ ਦੀ ਰਫਤਾਰ ਘੱਟ ਆ ਥੋੜ੍ਹੀ ਜਿਹੀ, ਮੋਹਰਾਂ ਜ਼ਿਆਦਾ ਹੋਣ ਕਰਕੇ ਛੇਤੀ ਵੱਧ ਗਈਆਂ। ਅੱਛਾ, ਮੱਝਾਂ ਕੱਟੀਆਂ ਦਿੰਦੀਆਂ ਇਹ ਇੱਕ ਅਸਲ ਦੇ ਵਿੱਚ ਉਹ ਸੈਕਸਡ ਸੀਮਨ ਨੀਲੀ ਰਾਵੀ 'ਚ ਹਜੇ ਆਇਆ ਨਹੀਂ। ਹਾਂਜੀ, ਇੱਧਰ ਆ ਗਿਆ ਹੈ ਨਾ। ਹਾਂਜੀ ਬਿਲਕੁਲ, ਉਹਦਾ ਕਰਕੇ ਮਤਲਬ ਵਧੀਆ ਮਾਲਕ ਦੀ ਕਿਰਪਾ ਨਾਲ ਯਾਰ। ਹਾਂਜੀ ਬਾਈ, ਮੈਂ ਤਾਂ ਵੇਖਿਆ ਮੇਰੇ ਆਉਂਦੇ ਨੂੰ ਆ ਯਾਰ ਸਿੰਗਾਂ ਸੁੰਗਾਂ ਨੂੰ ਤੇਲ ਲਾਈ ਜਾਂਦੇ ਸੀ ਪ੍ਰੀਤ। ਹਾਂਜੀ, ਹੈਂ ਕਿੰਨੇ ਸ਼ੌਂਕ ਨਾਲ ਕੰਮ ਕੀਤਾ। ਉਹਦਾ ਤੀਜੇ ਦਿਨ ਦੀ ਡਿਊਟੀ ਲਾਈ ਹੁੰਦੀ ਹੈ ਜੀ, ਵੀ ਉਹਨੇ ਸਿੰਗਾਂ ਦੇ ਤੇਲ ਤੂਲ ਲਾਉਣਾ ਇੱਕ ਵਾਰੀ, ਤੀਜੇ ਦਿਨ ਲੱਗ ਜਾਂਦਾ ਜੀ ਫਿਰ। ਪਿੰਦੀ ਬਾਈ, ਜਿਵੇਂ ਹੁਣ ਇੰਨੀਆਂ ਮੱਝਾਂ ਆ ਆਪਣੇ ਕੋਲੇ, ਕਿੰਨੇ 25-30 ਪਸ਼ੂ ਹੈਗੇ ਆ? ਹਾਂਜੀ ਹਾਂਜੀ, ਸਾਰੇ ਹੈਗੇ, 40-40 ਹੈਗੇ ਜੀ। ਹਾਂਜੀ, 40-25 ਲੈਣ 'ਚ ਬੰਨੇ ਹੋਏ ਬਈ। 25-30 ਜਾਨਵਰ ਤਾਂ ਇਹੋ ਜਿਹੇ ਹੋਣਗੇ ਵੀ ਜਿਹੜੇ ਐਟ ਏ ਟਾਈਮ ਦੁੱਧ ਦੇਣ ਵਾਲੇ ਹੋਣਗੇ। ਹਾਂਜੀ, ਇਹਨਾਂ 'ਚ ਹੈਗੇ ਜੀ ਹੁਣ ਮੇਰੇ ਹਿਸਾਬ ਨਾਲ 22 ਜਾਨਵਰ ਹੈਗੇ ਜੀ, ਤੋਕੜ ਗੱਬਣਾ ਤੋਂ ਲਾ ਕੇ ਜੀ, ਜਿਹੜੇ ਦੁੱਧ ਦੇਣ ਵਾਲੇ ਜੀ। ਪਿੰਦੀ ਬਾਈ, ਐਵੇਂ ਮਤਲਬ ਕਦੇ ਹੁੰਦਾ ਤੇਰੇ? ਮੈਂ ਫਾਰਮ 'ਤੇ ਇੱਕ ਚੀਜ਼ ਨੋਟ ਕਰ ਰਿਹਾ ਸੀ, ਐਡਾ ਵੱਡਾ ਫਾਰਮ ਆ। ਹਾਂਜੀ ਬਾਈ, ਵੀ ਕਿਸੇ ਥਾਂ 'ਤੇ ਉਹ ਨਹੀਂ ਗੱਡਿਆ ਹੋਇਆ ਤੇਰਾ, ਜਿਵੇਂ ਸ਼ਿਕੰਜਾ ਜਾ ਵੀ ਬੰਨ ਕੇ ਮੱਝ ਚੋਣੀ ਪੈਂਦੀ ਆ, ਕੱਟਰੂ ਭੁੱਲ ਗਈ ਜਾਂ ਹਾਂਜੀ, ਵੀ ਉਹ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ? ਨਹੀਂ, ਉਹ ਪ੍ਰੋਬਲਮ ਨਹੀਂ ਆਉਂਦੀ ਬਾਈ, ਸਮੱਸਿਆ ਤਾਂ ਦੇਖ ਬਾਈ ਸਾਰੀ ਆ ਜਾਂਦੀ ਆ ਆਪਣੇ ਕੋਲੇ, ਵੀ ਕੱਟਰੂ ਨੂੰ ਕੋਈ ਗੱਲ। ਹਾਂਜੀ, ਵੀ ਕਈ ਵਾਰੀ ਹੋ ਜਾਂਦੀ ਆ ਜੀ, ਕਈ ਵਾਰੀ ਕੱਟਰੂ ਮਰ ਜਾਂਦਾ, ਕਈ ਵਾਰੀ ਮੱਝ ਬੱਚਾ ਭੁੱਲਦੀ ਆ, ਕਈ ਵਾਰੀ ਮੱਝ ਦੀ ਉਹ ਸਥਿਤੀ ਹੁੰਦੀ ਆ ਵੀ ਇੱਕ ਤਰ੍ਹਾਂ ਹਾਰਮੋਨ ਦੇ ਵਿੱਚ ਕੋਈ ਗੜਬੜ ਹੋ ਜਾਂਦੀ ਆ, ਟੀਕਾ ਟੂਕਾ ਲਵਾਉਣ ਲੱਗ ਜਾਂਦੇ, ਤੰਗ ਕਰਦੀ ਹੈ। ਫਿਰ ਅੱਡੋ ਅੱਡ ਸਿਸਟਮ ਦੇ ਹਿਸਾਬ ਦੇ ਨਾਲ ਪਹਿਲਾਂ ਉਲਝੇ ਰਹਿੰਦੇ ਸੀਗੇ, ਹੁਣ ਕੁਛ ਟਾਈਮ ਤੋਂ ਆਈ ਤੀ ਜਿਹੜੀਆਂ ਹਿੱਲਣ ਹੁੱਲਣ ਲੱਗੀਆਂ, ਮਾੜੀਆਂ ਮੋਟੀਆਂ ਬੱਚਿਆਂ ਨੂੰ ਪਾਸਿਆ ਸੇ ਪ੍ਰੋਬਲਮ ਆਈ, ਫਿਰ ਉਹਨਾਂ ਨੂੰ ਮੈਂ ਆਹ ਚੀਜ਼ ਮੈਂ ਲਗਾਤਾਰ ਦਿੱਤੀ ਬਾਈ। ਤੇ ਮੈਂ ਕਹਿ ਕੇ ਹਟਿਆ, ਮੈਂ ਕਿਹਾ ਇਹਦੇ ਬਾਰੇ ਮੈਂ ਵੀਡੀਓ 'ਚ ਵੀ ਦੱਸਿਆ ਸੀ ਕਿ ਹੁਣ ਵੀ 2-3 ਡੱਬੇ ਪਏ ਆ, ਤਾਂ
ਵੀ ਯਕੀਨਨ ਹੀ ਮਤਲਬ ਇਹ ਇਸ ਵਾਸਤੇ ਰੱਖਿਆ ਤਾਂ ਜਦੋਂ ਝੋਟੀ ਟੀਕਾ ਲਵਾਉਣ ਲੱਗ ਗਈ ਪਤਾ ਲੱਗ ਗਿਆ ਵੀ ਯਾਰ 5-7 ਦਿਨ ਹੋ ਗਏ ਨਾ ਜਦੋਂ ਆਪਾਂ ਨੂੰ ਇਹਦੇ ਬਾਰੇ ਪਤਾ ਲੱਗਿਆ ਹੁਣ ਉਦੋਂ ਬਾਅਦ ਫਿਰ ਮੈਂ ਇਹ ਚੀਜ਼ ਵਰਤਣ ਲੱਗ ਗਿਆ ਇਹਦੇ ਇਹਦੇ ਵਿੱਚ ਨਾਲ ਹੀ ਪਾਊਡਰ ਜਾਂਦਾ ਇੱਕ ਡੱਬੀ ਆ ਇਸ ਤਰ੍ਹਾਂ ਜਿਵੇਂ ਆਪਾਂ ਖੋਲ ਲੈਣੇ ਆ ਚਲੋ ਆਪਾਂ ਨਹੀਂ ਨਹੀਂ ਜਿਵੇਂ ਜਿਹੜਾ ਦੁੱਧ ਵਾਲਾ ਲਾਉਣ ਵਾਲਾ ਟੀਕਾ ਲਾਉਂਦੇ ਹੁੰਦੇ ਨਸ਼ੇ ਵਾਲਾ ਹਾਂਜੀ ਉਹ ਲੋੜ ਨਹੀਂ ਜੀ ਕੁਛ ਉਹ ਟੀਕਾ ਲਾਉਣ ਦੀ ਲੋੜ ਨਾ ਜਮੀ ਨਹੀਂ ਲੋੜ ਜੀ ਹੁਣ ਜਿਵੇਂ ਆਪਣੇ ਫਾਰਮ ਦੇ ਪੂਰਾ ਫੁੱਲ ਰਿਜ਼ਲਟ ਮਿਲਿਆ ਮੈਂ ਵੀ ਦਿਖਾਇਆ ਸੀਗਾ ਇੱਕ ਦਿਨ ਆਪਣੇ ਵਾਲੇ ਪੇਜ ਤੇ ਪਿੰਦੀ ਵਾਲੇ ਦੇ ਤੇ ਉਦੋਂ ਬਾਅਦ ਬਾਈ ਜੀ ਇਹ ਆ ਇਹਦੇ ਵਿੱਚ ਪਾਊਡਰ ਹੈ ਇਹ 1 ਲੀਟਰ ਦਵਾਈ ਹੈ 100 ਗ੍ਰਾਮ ਦਵਾਈ ਸੁਬਹਾ 100 ਗ੍ਰਾਮ ਸ਼ਾਮ ਨੂੰ 30-30 ਗ੍ਰਾਮ ਦੋਨੇ ਟਾਈਮ ਪਾਊਡਰ ਅੱਛਾ ਬਾਈ ਤੀਜੇ ਡੰਗ ਜਾ ਕੇ ਆਪਣੀ ਝੋਟੀ ਖੜਨ ਲੱਗ ਗਈ ਸੀ ਇਵੇਂ ਜਿਕਰੀ ਹੁਣ ਸਾਡੇ ਪਿੰਡੋਂ ਹੀ ਆ ਜਿਵੇਂ ਆਪਾਂ ਨਾਲ ਲੈ ਦਈਏ ਭੋਗੀ ਕਾ ਮੁੰਡਾ ਗੁਰਤੇਜ ਆਪਣਾ ਮੇਰਾ ਖਾਸ ਮਿੱਤਰੀ ਆ ਮੰਨ ਲਓ ਕੋਈ ਹੁੰਦਾ ਬੰਦੇ ਨਾਲ ਪਿਆਰ ਹੈ ਨਾ ਹੁਣ ਉਹ ਪਰਸੋਂ ਉੱਤੇ ਮੈਨੂੰ ਕਹਿੰਦਾ ਬੱਚਾ ਕਹਿੰਦਾ ਲੱਗ ਗਏ ਕਹਿੰਦਾ ਝੋਟੀ ਮਗਰ ਉਹਨੇ ਬੱਚਾ ਬੁੱਚਾ ਬੰਦਾ ਸੱਦਿਆ ਬੱਚਾ ਤਾਂ ਨਹੀਂ ਲੈਤਾ ਬਹੁਤ ਤੰਗ ਕਰਦੀ ਸੀ ਉਹਨੂੰ ਮੈਂ ਗੁਰਤੇਜ ਮੇਰੇ ਕੋਲ ਐਂ ਕਰ ਵੀ ਤੂੰ 1 ਡੱਬਾ ਲੈ ਜਾ ਤੇ ਜਦੋਂ ਤੂੰ ਦੇਦਾ ਮੈਨੂੰ ਮੈਡੀਕਲ ਤੋਂ ਫੜ ਕੇ ਲਿਆਦੀ ਮੈਂ ਕਿਹਾ ਜਦੋਂ ਤੂੰ ਰਾਮਪਰੇ ਗਿਆ ਜਾਂ ਫੂਲੋਂ ਮਿਲਿਆ ਜਾਂ ਟਵਾਲੀ ਤੋਂ ਮਿਲ ਗਿਆ ਆਪਣੇ ਤੂੰ ਮੈਨੂੰ ਜਦੋਂ ਤੈਨੂੰ ਸਰ ਗਿਆ ਮੈਨੂੰ ਡੱਬਾ ਲਿਆਦੀ ਉਹ ਡੱਬਾ ਲੈ ਗਿਆ ਬਾਈ ਉਹੀ ਗੱਲ ਉਹਨੇ ਜਿਵੇਂ ਹੱਥ ਨੇ ਦਿੱਤਾ ਉਹ ਦੂਜੇ ਦਿਨ ਉਹ ਮੈਨੂੰ ਕਹਿੰਦਾ ਯਾਰ ਅੱਜ ਹਿੱਲੀ ਨਹੀਂ ਅੱਜ ਅਸੀਂ ਵੱਡੀ ਬਾਲਟੀ ਰੱਖ ਲਈ ਕਹਿੰਦਾ ਥੱਲੇ ਦੋਨੇ ਪਾਸੇ ਬੈਠਣ ਲੱਗ ਗਏ ਫਿਰ ਹੱਥ ਨੇ ਉਹਨੂੰ ਮੈਂ ਕਿਹਾ ਹੁਣ ਟੀਕਾ ਉਹ ਕਹਿੰਦਾ ਹੱਥ ਨੇ ਟੀਕਾ ਲਾਉਣ ਦੀ ਲੋੜ ਵੀ ਨਹੀਂ ਪਈ ਕਹਿੰਦਾ ਆਪ ਦੀ ਆਪ ਪਹਿਲੀ ਵਾਰ ਜਦੋਂ ਬਾਅਦ ਥਣ ਫੜਿਆ ਕਹਿੰਦਾ ਮਾੜਾ ਜਿਹਾ ਬਸ ਕੀਤਾ ਉਹ ਤੋਂ ਬਾਅਦ ਵੱਡੀ ਕਹਿੰਦਾ ਬਾਲਟੀ ਧਰ ਕੇ ਹੁਣ ਕੱਲ੍ਹ ਫਿਰ ਮੈਂ ਪੁੱਛਿਆ ਗੁਰਦੇਜ ਨੂੰ ਫੋਨ ਲਾ ਕੇ ਮੈਂ ਕਿਵੇਂ ਉਹ ਕਹਿੰਦਾ ਵੀ ਪੈਰ ਪੱਟਣ ਨੂੰ ਹਟ ਗਈ ਕਹਿੰਦਾ ਅਸੀਂ ਤਾਂ ਕੱਟਰੂ ਵੀ ਨਹੀਂ ਲਿਆਂਦੇ ਨੇੜੇ ਉਹ ਬੱਚਾ ਭੁੱਲ ਗਈ ਸੀ ਹੁਣ ਜਿਵੇਂ ਪਹਿਲਾਂ ਝੂਠੀ ਫਿਰ ਇਹਦੇ ਉੱਤੇ ਇੰਨਾ ਕੁ ਵਿਸ਼ਵਾਸ ਆ ਬਣਿਆ ਫਿਰ ਉਦੋਂ ਬਾਅਦ ਫਿਰ ਨਾਲ ਦੀ ਨਾਲ ਹੁਣ ਜਿਹੜੀ ਇੱਕ ਚੀਜ਼ ਮੈਂ ਹੋਰ ਵੀ ਦੱਸਾਂ ਬਾਈ ਜਿਹੜੀ ਤਾਂ ਮੇਰੀ ਨਵੀਂ ਹਿੱਲਣ ਲੱਗੀ ਸੀ 10 ਦਿਨ ਹੋ ਗਏ ਸੀ ਯਕੀਨਣੀ ਵੀ ਉਹਨੂੰ ਟੀਕਾ ਲਾਉਂਦਿਆਂ ਨੂੰ ਹਨਾ ਉਹਨੇ ਮਤਲਬ 2-3 ਟਾਈਮ ਬੇਲਾ ਕੋ ਬੇਲਾ ਵੀ ਕਰਕੇ ਦੇਖਿਆ ਇੱਕ ਡੰਗ ਵੀ ਭੰਨ ਕੇ ਦੇਖਿਆ ਨਹੀਂ ਇਹਦੇ ਨਾਲ ਤੀਜੇ ਦਿਨ ਡੰਗ ਸੈੱਟ ਹੋ ਗਈ ਤੇ ਇਹ ਸੌਂਕਾ ਦੀ ਉਹਨੂੰ 1 ਡੰਗ ਦੀ ਦਵਾਈ ਹਜੇ ਵੀ ਪਰਲੇ ਪਾਸੇ ਉਹ ਕੈਬਨ ਦੇ ਉੱਤੇ ਬਚੀ ਪਈ ਹੈ 9 ਡੰਗ ਹੀ ਦਿੱਤੀ ਗਈ 1 ਡੰਗ ਵਾਲੀ ਕਿਉਂਕਿ ਇਹਨਾਂ ਨੇ ਚੋਣੀ ਹੁੰਦੀ ਹੈ ਜਦੋਂ ਮਿਲਣ ਲੱਗ ਗਈ ਮੈਂ ਕਿਹਾ ਇਹ ਕਦੋਂ ਨਹੀਂ ਦਿੱਤੀ ਕਹਿੰਦੇ ਉਦੋਂ ਬਾਅਦ ਕਹਿੰਦੇ ਅਸੀਂ ਵੀ ਭੁੱਲ ਗਏ ਵੀ ਹੁਣ ਮਿਲਦੀ ਤਾਂ ਹੈਗੀ ਹੈ ਇੱਕ ਤੋਂ ਹੁਣ ਜਿਹੜੀਆਂ ਮਤਲਬ ਤੋਕੜ ਹੋਰ ਕੋਈ ਮਾੜੀ ਮੋਟੀ ਹਿੱਲ ਚੱਲ ਕਰਨ ਲੱਗੀ ਸੀ ਵੀ ਜਿਹਨਾਂ ਨੂੰ ਸਾਲਕ ਹੋ ਗਿਆ ਥੋੜ੍ਹਾ ਜਿਹਾ ਗਰਮੀ ਕਰਕੇ ਗੱਬਨ ਨਹੀਂ ਕਰਵਾਈਆਂ ਲੇਟ ਕਰਵਾਈਆਂ ਗੱਬਨ ਉਹਨਾਂ ਨੂੰ ਜਿਵੇਂ ਹੁਣ ਹੱਲ ਚੱਲ ਜੀ ਕਰਨ ਲੱਗੀ ਉਹਨਾਂ ਨੂੰ ਸਟਾਰਟ ਕੀਤੀ ਠੀਕ ਹੈ ਉਹਨਾਂ ਦੇ ਵਿੱਚ ਵੀ ਬਾਈ ਇਹੀ ਰਿਜ਼ਲਟ ਮਿਲਦਾ ਇਹਨਾਂ ਦਾ ਆਪਦਾ ਕੰਪਨੀ ਦਾ ਐਂ ਮੰਨਣਾ ਵੀ ਜਿਹੜੀ ਤਾਂ ਕੋਈ ਮੱਝ ਜ਼ਿਆਦਾ ਖਰਾਬ ਖਰੂਬ ਕਰਦੀ ਹੈ ਉਹ ਤਾਂ ਸਾਡੀਆਂ ਮਤਲਬ ਵੀ ਇਹ 2 ਦੇ ਦਿਓ ਠੀਕ ਆ ਇਹ ਹਾਂ ਵੀ 10 ਦਿਨ ਲਗਾਤਾਰ ਦੇ ਦਿਓ ਇਹ 5 ਦਿਨਾਂ ਦੀ ਦਵਾਈ ਆ ਪਾਊਡਰ ਤੇ ਆਹ ਦਵਾਈ ਠੀਕ ਹੈ ਜੀ ਵੀ 10 ਦਿਨ ਦੇ ਦਿਓ ਤੇ ਜਿਹੜੀਆਂ ਝੋਟੀਆਂ ਅੱਜ ਹੀ ਆ ਜਿਵੇਂ ਹੁਣ ਲੱਤ ਚੱਕਣ ਲੱਗ ਗਈਆਂ ਟਾਈਮ ਤੇ ਨਹੀਂ ਮਿਲਦੀਆਂ ਜਾਂ ਬੱਚਾ ਭੁੱਲ ਗਿਆ ਮੌਕੇ ਤੇ ਲਿਆ ਕੇ ਉਹਦੀ ਦੇਣ ਲੱਗ ਗਏ ਤੇ ਮੈਨੂੰ ਵੀ ਇੰਨਾ ਕੁ ਵਿਸ਼ਵਾਸ ਵਾਲਾ ਕੰਮ ਹੈ ਵੀ ਇਹ 2-3 ਡੰਗਾਂ ਦੇ ਵਿੱਚ ਤੀਜੇ ਚੌਥੇ ਡੰਗੀ ਮੈਂ ਖੜ ਜਾਂਦੀ ਵੀ ਜਿਹਨੂੰ ਆਪਾਂ ਟੰਬੇ ਜੇ ਗੱਢ ਕੇ ਲੱਤਾਂ ਬੰਨ ਕੇ ਪਛਾੜੀਆਂ ਲਾ ਕੇ ਚੋਣੇ ਆ ਹਾਂਜੀ ਬਾਈ ਤੇ ਇੱਕ ਇਹਦੇ ਨਾਲ ਆ ਵੀ ਇਹਦੇ ਨਾਲ ਦੀ ਆ ਇਹ ਵੀ ਇਹਦੇ ਨਾਲ ਦੀ ਆ ਬਾਈ ਇਹ ਇਹਨਾਂ ਦਾ ਮਤਲਬ ਇਹ ਕੰਪਨੀ ਨੇ ਜਦੋਂ ਮੈਂ ਆਹ ਵਰਤਿਆ ਉਹਨਾਂ ਨੇ ਇਹ ਚੀਜ਼ ਹੁਣ ਦੇਖਣੀ ਹੁੰਦੀ ਹੈ ਉਹ ਮੈਨੂੰ ਕਹਿੰਦੇ ਵੀ ਵੱਡੇ ਭਾਈ ਅਸੀਂ ਕਹਿੰਦਾ ਇਹ ਚੀਜ਼ ਦੇਖੀ ਜੀ ਵੀ ਤੂੰ ਵਰਤਿਆ ਕਹਿੰਦੇ ਡਾਕਟਰ ਦੇ ਕਹਿਣ ਤੇ ਉਹ ਕਹਿੰਦੇ ਸਾਡਾ ਵੀ ਇਹ ਵੀ ਤੁਸੀਂ ਵਰਤ ਕੇ ਦੇਖੋ ਨਾਲ ਜਿਹਦਾ ਮਤਲਬ ਕੋਈ ਹੱਲ ਚੱਲਣ ਨਾਲ ਤਾਂ ਕੋਈ ਦੁੱਧ ਘੱਟਦਾ ਕੋਈ ਪ੍ਰੋਬਲਮ ਹੋਰ ਦਿੰਦੀ ਹੈ ਹਨਾ ਭਾਵਾਂ ਦੀ ਸੂੰਗਾਂ ਨੂੰ ਪਾ ਲਓ ਤੁਸੀਂ ਭਾਵਾਂ ਦੀ ਜਿਹੜੀਆਂ ਸੂਣ ਵਾਲੀਆਂ ਉਹਨਾਂ ਨੂੰ ਪਾ ਲਓ ਵੀ ਇਹਦਾ ਸਾਡਾ ਉਹਨਾਂ ਨੇ ਕਾਫੀ ਬਾਈ ਸਮਝਾਇਆ ਸੀ ਸੁਖਜਿੰਦਰ ਆਪਾਂ ਨੂੰ ਜਿਵੇਂ ਮੰਨ ਲਓ ਚਲੋ ਉਨੀ ਇੰਗਲਿਸ਼ ਨਹੀਂ ਆਉਂਦੀ ਹਨਾ ਵੀ ਇਹਨਾਂ ਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਨਾਲ ਵਟਾ ਕੇ ਵੀ ਐਕਸਟਰਾ ਚੀਜ਼ ਦੂਜਿਆਂ ਨੂੰ ਵਿਟਾਮਿਨਾਂ ਦੇ ਨਾਲ ਪਾ ਕੇ ਸਾਡਾ ਜਿਹੜਾ ਗੋਲਡ ਤਿਆਰ ਕੀਤਾ ਵਾ ਵੀ ਜੋ ਕਿ ਮੱਝ ਸੂਣ ਵਾਲੀ ਹੈ ਜਾਂ ਮੰਨ ਲਓ ਤੁਸੀਂ ਇਹ ਦਵਾਈ ਦੇ ਕੇ ਤੁਹਾਡੀ ਹਲਚਲ ਕਰਨ ਲੱਗ ਗਈ ਸੀ ਮੱਝ ਉਹ ਦੁੱਧ ਵੀ ਘਟਦੀ ਹੈ ਬਾਈ ਹਲਚਲ ਨਾਲ ਉਦੋਂ ਨਾਲ ਨਾਲ ਵੀ ਜਦੋਂ ਇਹ ਦਵਾਈ ਤੁਸੀਂ ਦਿੰਦੇ ਆ ਤੇ ਨਾਲ ਜੇ ਇਹ ਵੀ ਤੁਸੀਂ ਇੱਕ ਟਾਈਮ ਦਾ 10-15 ਤੋਂ 20 ਗ੍ਰਾਮ ਦੇਈ ਚੱਲੋ ਤਾਂ ਕੁਛ ਦਿਨ ਲਗਾਤਾਰ 10-15 ਦਿਨ ਇਹ ਵੀ ਤੁਸੀਂ ਦੇ ਦਿਓ ਤਾਂ ਮੱਝ ਦੇ ਵਿੱਚ ਨਾਲੇ ਚਮਕ ਜ਼ਿਆਦਾ ਆਊ ਤੇ ਨਾਲੇ ਦੁੱਧ ਜ਼ਿਆਦਾ ਆਊ ਅੱਛਾ ਜਿਹੜੀ ਤਾਂ ਆਪਾਂ ਆਹ CNS ਵਾਲਿਆਂ ਦੀ ਆਹ ਏ ਹਾਂਜੀ ਬਾਈ ਇਹਦਾ ਨਾਂ ਕੀ ਆ ਇਹਦਾ ਨਾਂ ਨਹੀਂ ਇਹ ਤਾਂ ਤੈਨੂੰ ਪਤਾ ਹੀ ਆ ਮੈਂ ਤਾਂ ਸੌਂਕਾ ਦੀ ਇੰਗਲਿਸ਼ 'ਚ ਹੱਥ ਤੰਗ ਪੱਪਰੀ ਤਾਂ ਆਹ ਕੀ ਲਿਖਿਆ ਮਾੜਾ ਜਿਹਾ ਦੱਸੀ ਇਹਦੇ ਜ਼ਿਆਦਾ ਦੁੱਧ ਹਾਂਜੀ ਆਹ ਗ੍ਰਾਨੂਲਸ ਜ਼ਿਆਦਾ ਫੈਂਟ ਆ ਗਈ ਜੀ ਜ਼ਿਆਦਾ MS ਆ ਗਈ ਗ੍ਰਾਨੂਲਸ
ਜਿਹੜੀ ਤਾਂ ਸੀਐਨਐਸ ਵਾਲਿਆਂ ਦੀ ਗ੍ਰਾਨੂਲਸ ਆ, ਇਹ ਤਾਂ ਹੋ ਗਈ ਜਿਹੜੇ ਕੱਟਰੂ ਭੁੱਲ ਗਈ, ਹਿਲਦੀ ਆ ਮਿਲਦੀ ਨਹੀਂ ਉਹਨੂੰ ਦੇਣੀ ਆ, ਉਹਨੂੰ ਦੇਣੀ ਆ ਜੀ। ਆ ਤਾਂ ਪੱਕੀ ਬਸ ਉਹਦਾ ਹਿੱਲਣ ਵਾਲੀ ਦਾ ਇਲਾਜ ਹੀ ਆ, ਜਿਹੜੀ ਮਤਲਬ ਟੀਕਾ ਲਵਾਉਂਦੀ ਆ ਜਾਂ ਟੀਕਾ ਛਡਾਉਣਾ ਉਹਨਾਂ ਵਾਸਤੇ ਇਹ ਦਵਾਈ ਆ ਜੀ। ਤੇ ਜਿਹੜੀ ਹੈਗੀ ਆ ਸੀਐਨਐਸ ਵਾਲਿਆਂ ਦੀ ਐਚ ਗੋਲਡ, ਹਾਂਜੀ ਉਹ ਹੈਗੀ ਆ ਵੀ ਜਿਵੇਂ ਲੇਵਾ ਬਣਾਉਣਾ, ਦੁੱਧ ਥੋੜਾ ਜਿਹਾ ਵਧਾਉਣਾ ਵਧਾਉਣਾ ਜੀ, ਹਾਂਜੀ, ਹੈ ਨਾ, ਇਹ ਉਹਦੇ ਵਾਸਤੇ ਆ ਜੀ ਉਹਦੇ ਵਾਸਤੇ। ਆਦੇ ਬਾਈ ਇੱਕ ਚੀਜ਼ ਹੋਰ ਵੀ ਆ, ਮਲਟੀ ਵਿਟਾਮਿਨ ਆਦੇ ਆ ਨਾ, ਸਾਡਾ ਸੋਡਾ ਕਾਊਂਟਰ ਹੈ, ਦੇਖ ਇਹਨਾਂ ਦੀ ਉੱਤੇ ਆਦੇ ਦੁੱਧ ਵਾਲੀ ਕਾਪੀ ਰੱਖੀ ਵੀ ਆ, ਆਹ ਤਾਂ ਪਿਆ ਥੱਲੇ ਉਹੀ ਪਾਊਡਰ ਇੱਕ ਡੰਗ ਦਾ, ਤੇ ਆਹ ਪਈ ਇਹਦੇ ਵਿੱਚ ਇੱਕ ਡੰਗ ਦੀ ਦਵਾਈ ਬਾਈ, ਤੇ ਦੇਖ ਲਾ ਉਦੋਂ ਬਾਅਦ ਬਾਈ ਝੋਟੇ ਸਮਝ ਲੱਗੇ ਪਾ ਦਿੱਤਾ ਟਾਈਮ ਨਾਲ। ਹੁਣ ਮੈਂ ਕਿਹਾ ਜਦੋਂ ਪੌਣੀ ਫਟ ਗਈ, ਹੁਣ ਮੈਂ ਕਿਹਾ ਇੱਕ ਡੰਗ ਨਾਲ ਚੱਲ ਛੱਡ ਪਰੇ, ਹੁਣ ਦੂਜੀ ਮੱਝ ਨੂੰ, ਅੱਜ ਦੂਜੀ ਨੂੰ ਜਿਹੜੀ ਤੋਕੜ ਸੀ ਇੱਕ, ਮੈਂ ਕਿਹਾ ਹੁਣ ਉਹਨੂੰ ਵੀ ਚਲਾਉਣੇ ਆ, ਜਿਵੇਂ ਜਿਵੇਂ ਵੀ ਕੰਪਨੀ ਆਪਾਂ ਨੂੰ ਕਹਿੰਦੀ ਹੈ ਵਰਤ ਕੇ ਦੇਖੋ, ਇਹ ਤਾਂ ਵਿਟਾਮਿਨ ਹੀ ਆ ਵੀ ਜਿਹੜੀ ਕੋਈ ਕਮੀ ਹੁੰਦੀ ਹੈ ਵੀ ਉਹ ਪੂਰੀ ਹੋ ਜਾਂਦੀ। ਹਾਂ ਬਾਈ ਆਦੇ ਵੀ ਉਹ ਕਹਿੰਦੇ ਐਕਸਟਰਾ ਸਾਰੀਆਂ, ਹਾਂਜੀ ਦੁੱਧ ਤਾਂ ਆਪੀ ਵੱਧ ਜਾਣਾ ਹੁੰਦਾ ਵਿਟਾਮਿਨ, ਹਾਂ ਜੇ ਜੇ ਘਾਟਾ ਪੂਰੀ ਹੋ ਗਿਆ, ਮਤਲਬ ਕਹਿਣ ਤੋਂ ਭਾਵ ਵੀ ਤੁਹਾਡੀ ਕਾਮਯਾਬੀ ਦਾ ਸੀਕ੍ਰੀਟ ਲਾ ਲਓ ਬਸ ਬਾਈ। ਹਾਂ ਬਾਈ ਜਿਵੇਂ ਹੁਣ ਆ ਟੈਟਰਾ ਬਾਈ ਆ ਸੀਗੀ ਜਿਹੜੀ ਝੋਟੀ ਦੀ ਮੈਂ ਗੱਲ ਕਰਦਾ, ਇਹਦੇ ਨਾਲ ਉਰਲੇ ਥਾਂ ਦੇ ਵਿੱਚ ਪ੍ਰੋਬਲਮ ਪੈ ਗਈ, ਇਹਦੇ ਸਿਲਾਈ ਮਰਾਉਣੀ ਪੈ ਗਈ, ਇਹਦੇ ਮੇਰੂ ਹੈ ਨਹੀਂ ਸੀ, ਡਾਕਟਰ ਜਗਜੀਤ ਸਿਲਾਈ ਵੀ ਮਰ ਗਿਆ, ਇਹਨੂੰ ਮਟੈਟਸ ਆ ਗਈ, ਟੀਕੇ ਲਾਈ ਗਏ, ਫਿਰ ਮਟੈਟਸ ਆ ਗਈ। ਹੁਣ ਇਹਨੇ ਕੀ ਕੀਤਾ, ਜਾਂਦੀ ਨੇ ਜਮਾਂ ਉੱਤੇ ਮਿਸਲੀ, ਮੈਂ ਕਿਹਾ ਵੀ ਚਵਾਈ ਕਰਵਾਈਏ, ਜਦੋਂ ਚਵਾਈ ਕਰਾਉਣ ਲੱਗ ਗਏ ਇੱਧਰ ਮਟੈਟਸ ਆਈ ਵੀ ਮਾੜੀ ਮੋਟੀ ਤਕਲੀਫ ਮੰਨਣ ਲੱਗ ਗਈ, ਤਾਂ ਇੱਕ ਦਿਨ ਹਿੱਲੀ ਇਹਨੂੰ ਨਜ਼ਾਰਾ ਆ ਗਿਆ ਵੀ ਜੇ ਨਾ ਹਿੱਲੀ ਤਾਂ ਆਪਾਂ ਨੂੰ ਕਿਹੜਾ ਚੋਣਾ, ਜਾਂ ਟੀਕੇ ਦਾ ਸਵਾਦ ਪੈ ਗਿਆ। ਫਿਰ ਲਗਾਤਾਰ ਜਦੋਂ ਇਹਨਾਂ ਨੂੰ ਮੈਂ ਕਿਹਾ ਯਾਰ ਐਂ ਕਦੋਂ ਕਰਦੀ ਹੈ, ਕਹਿੰਦੇ ਬਈ ਹੁਣ ਤਾਂ 6-7 ਦਿਨ ਹੋ ਗਏ, ਉਦੋਂ ਮੇਰੀ ਅਵਤਾਰ ਡਾਕਟਰ ਨਾਲ ਗੱਲ ਹੋ ਗਈ, ਮੈਨੂੰ ਕਹਿੰਦਾ ਆਹ ਚੀਜ਼ ਲਿਆ ਬਈ ਅੱਜ ਜੀ ਆਪਾਂ ਲੀਟਰ ਲੈ ਆਉਂਦਾ ਜੀ, ਆਪਣਾ ਵਿਸ਼ਵਾਸ ਬਣ ਗਿਆ ਮੈਨੂੰ ਉਤਾਰ, ਕਹਿੰਦਾ ਕਿਵੇਂ ਲੱਗਿਆ, ਮੈਂ ਕਿਹਾ ਬਹੁਤ ਤਕੜਾ, ਮੈਨੂੰ ਕਹਿੰਦਾ ਮੈਂ ਬਾਈ ਨੂੰ ਤੋਰੂ ਤੇਰੇ ਕੋਲੇ, ਇੱਕ ਅੱਧਾ ਲੀਟਰ ਵੀ ਤੈਨੂੰ ਕੋਈ ਨਾ ਦੇ ਜਾਣਗੇ, ਤੇ ਕਹਿੰਦਾ ਬਾਈ ਕੇ ਗੱਲਬਾਤ ਵੀ ਸੁਣੀ, ਬਹੁਤ ਤਕੜਾ ਰਿਜ਼ਲਟ ਹੈ। ਇਹ ਪਹਿਲਾਂ ਆਪਾਂ ਦੋ ਚੀਜ਼ਾਂ 'ਤੇ ਅਜਮਾਇਆ ਜੀ, ਦੋਨਾਂ ਦਾ ਫੁੱਲ ਰਿਜ਼ਲਟ, ਇੱਕ ਬੱਚੇ ਭੁੱਲੇ ਜੀ, ਉਹ ਵੀ ਆਪਣੇ ਪਿੰਡ ਤੇਜ ਕੀ, ਅੱਜ 8ਵਾਂ ਦੇਣੀ ਹੈ ਝੋਟੀ ਨੂੰ, ਉਹ ਵੀ ਹੱਥ ਨੇ ਦੁੱਧ ਚੋਣ ਵਾਲੇ ਵੀ ਦੇਖ ਸਕਦਾ ਕੋਈ ਸਾਡੇ ਪਿੰਡ ਦਾ ਬੰਦਾ, ਮਤਲਬ ਜਾ ਕੇ ਭੋਗੀ ਗਈ ਘਰਾਂ ਦੇ ਵਿੱਚ ਤੇਜ ਕੇ, ਇਹ ਝੋਟੀ ਹੋ ਗਈ ਜਮਾ ਖੜਨ ਲੱਗ ਗਈ। ਹੁਣ ਮਤਲਬ ਇਹ ਤਾਂ ਯਕੀਨ ਬਣ ਗਿਆ, ਹੁਣ ਤੋਕੜ ਨੂੰ ਦੇਣ ਲੱਗ ਜਾਂਗੇ ਮੇਜ ਕਰੀ, ਹੁਣ ਜਿਹੜੀ ਹਿੱਲਿਆ ਕਰੂਗੀ ਬਾਈ, ਨਾਲੇ ਕੋਈ ਬਾਹਲਾ ਮਹਿੰਗਾ ਵੀ ਨਹੀਂ। ਹੁਣ ਦੇਖੋ ਡੱਬੇ ਤੋਂ ਮੈਨੂੰ ਤਾਂ ਉਹਦੇ ਵੀ ਚੱਲ ਅਵਤਾਰ ਡਾਕਟਰ ਨੂੰ ਪੁੱਛਣਾ ਵੀ ਬਾਈ ਕਿੰਨੇ ਦੀ ਆਈ ਚੀਜ਼, ਕਿੰਨੇ ਨਹੀਂ ਆਈ, ਉਹਨੇ ਚੱਲ ਮੈਨੂੰ ਮੰਗਾ ਕੇ ਦਿੱਤਾ, ਜਦੋਂ ਮੈਂ ਕਿਹਾ ਵੀ ਬਾਈ ਬਣ ਕੇ ਮੈਨੂੰ ਮੰਗਾ ਕੇ ਦੇ ਵਰਤਣਾ, ਤਾਂ ਇਹਦਾ ਸਾਰਾ ਪ੍ਰਿੰਟ ਪ੍ਰੁੰਟ ਜਿਹੜਾ 600 ਲਿਖਿਆ ਵਾ ਕੰਪਨੀ ਦਾ ਇਕੱਲੇ ਜਿਹੜਾ ਰੇਟ ਹੁੰਦਾ, ਤੇ ਉਦੋਂ ਬਾਅਦ ਹੁਣ ਤੂੰ ਦੇਖ ਲੈ ਵੀ ਜੇ ਹੁਣ ਕੰਪਨੀ ਆ ਵੀ ਜੇ ਇਹ ਚੀਜ਼ ਦਾ ਜੀ ਜਿਹੜੀ ਆ ਬੱਚਾ ਮਤਲਬ ਭੁੱਲ ਮਰੇ ਤੋਂ ਜਾਂ ਘਰੇ ਤੋਂ ਕਰਦੀ ਹੈ, ਤਾਂ ਇਹਦੇ ਕੁਛ ਵੀ ਨਹੀਂ ਆਉਂਦਾ। ਦੇਖ ਲਓ ਯਾਰ, ਰੱਬ ਨਾ ਕਰੇ ਬੱਚੇ ਨੂੰ ਕੋਈ ਗੱਲ ਹੋ ਗਈ ਜਾਂ ਬੱਚਾ ਭੁੱਲ ਗਈ, ਹਾਂਜੀ ਆਪਾਂ ਤਾਂ ਕਹਿੰਦੇ ਸੂਆ ਹੀ ਖਰਾਬ ਹੋ ਗਿਆ, ਸੂਆ ਖਰਾਬ ਹੋ ਗਿਆ ਜੀ, ਤੇ ਸੂਆ ਖਰਾਬ ਹੋ ਗਿਆ 100,000 ਰੁਪਈਏ ਦਾ ਡੰਗਰ 50,000 ਦਾ ਰਹਿ ਜਾਂਦਾ। ਬਿਲਕੁਲ ਜੀ ਬਿਲਕੁਲ, ਹੈਂ ਹਾਂਜੀ, ਤੇ ਉਸ ਹਿਸਾਬ ਨਾਲ 1,000 ਰੁਪਈਆ ਇਨਵੈਸਟ ਕਰਕੇ ਉਹੀ ਅੱਜ ਤੋਂ ਫੇਰ ਦੁੱਧ ਤੇ ਆ ਬਾਈ। ਮੇਰਾ ਸੈਟ ਮਨ ਖਰਾਬ ਹੋ ਗਿਆ ਸੀ, ਮੈਂ ਕਿਹਾ ਹੁਣ ਤਾਂ ਮੈਂ ਚਵਾਈ ਕਰਾਉਣੀ ਸੀ, ਹੁਣ ਝੋਟੀ ਤਕਲੀਫ ਦੇ ਵਿੱਚ ਬਚ ਕੇ ਮੈਨੂੰ ਤਾਂ ਐਂ ਹੋ ਗਿਆ ਮੈਂ ਚਵਾਈ ਨਹੀਂ ਹੋਣੀ, ਤਾਂ ਹੁਣ ਮਨ ਦੁਬਾਰੇ ਖੁਸ਼ ਆ, ਮੈਂ ਕਿਹਾ ਠੀਕ ਆ ਬਾਈ ਵੀ, ਮੈਂ ਕਿਹਾ ਚੱਲ ਹੁਣ ਚਵਾਈ ਚੁਵਾਈ ਆਪਾਂ ਜਿਹੜਾ ਕਰਾਵਾਂਗੇ ਹੁਣ ਦੁਬਾਰੇ, ਹੁਣ ਪੂਰੀ ਵਧੀਆ ਖੜ ਕੇ ਮਿਲਦੀ ਹੈ ਬਾਈ। ਤੇ ਬਾਈ ਪਿੰਦੀ ਆਹ ਤਾਂ ਯਾਰ ਤੇਰਾ ਮਤਲਬ ਨਾ, ਇਹ ਕਿਸਾਨ ਮੈਨੂੰ ਐਂ ਲੱਗਦਾ ਵੀ ਸਭ ਤੋਂ ਵੱਧ ਧੰਨਵਾਦ ਕਰਨਗੇ, ਜਿਹੜਾ ਆਹ ਗੱਲ ਆ ਇਹਦੇ 'ਚ ਡੰਗਰ ਨੂੰ ਵੀ ਬਹੁਤ ਤਕਲੀਫ ਆ, ਹਾਂਜੀ ਟੀਕਿਆਂ ਦੇ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੁੱਧ ਪੀ ਕੇ ਸੱਦਾ ਵੀ ਦੇ ਰਹੇ ਹਾਂ। ਬਿਲਕੁਲ ਜੀ ਬਾਈ, ਅਤੇ ਨੰਬਰ 2 'ਤੇ ਗੱਲ ਇਹ ਵੀ ਪ੍ਰੋਬਲਮ ਆਉਂਦੀ ਆ ਕਿ ਉਹ ਪਸ਼ੂ ਦੁੱਧ ਨਹੀਂ ਦੇ ਪਾਉਂਦਾ, ਹਾਂਜੀ ਬਿਲਕੁਲ, ਜਦੋਂ ਉਹਨੇ ਖੁਸ਼ ਹੋ ਕੇ ਨਹੀਂ ਦੇਣਾ ਤਾਂ ਉਹਨਾਂ ਨਹੀਂ ਦਿੰਦਾ, ਨਹੀਂ ਦਿੰਦਾ ਬਾਈ ਜੀ, ਪੱਕੀ ਗੱਲ ਮੰਨਣ ਯੋਗ ਆ ਬਾਈ, ਉਹ ਉਹਨਾਂ ਨਹੀਂ ਦਿੰਦਾ ਵੀ ਮਤਲਬ ਇਸ ਪਸ਼ੂ ਪੱਖੋਂ ਤਾਂ ਠੀਕ ਆ। ਦੇਖੋ ਖੁਸ਼ ਹੋਣ ਦੀ ਸਭ ਤੋਂ ਵੱਡੀ ਨਿਸ਼ਾਨੀ ਇਹੀ ਆ ਪਸ਼ੂ ਦੀ ਬਾਈ, ਜਿੰਨਾ ਟਾਈਮ ਉਹਨੇ ਮਿਲਣਾ, ਜਦੋਂ ਤੁਸੀਂ ਬਾਲਟੀ ਚੱਕ ਲਈ ਉਹਦਾ ਟਾਈਮ ਹੋਇਆ, ਪਸ਼ੂ ਨੇ ਖੜ ਜਾਣਾ ਪਹਿਲੀ ਵਾਰ, ਜਦੋਂ ਚੁਗਲੀ ਮਾਰੋਗੇ ਥਣਾ ਤੇ ਉਹਨੇ ਖੜ ਜਾਣਾ ਖੁਸ਼ ਹੋ ਕੇ ਦੁੱਧ ਦੇਈ ਜਾਣਾ, ਜਿੱਦੇ ਸਮਝ ਲਓ ਪਸ਼ੂ ਨੂੰ ਐਂ ਮੰਨਣਾ ਵੀ ਅੱਜ ਲੱਤ ਕਿਉਂ ਮਾਰ ਗਈ, ਦੂਜੇ ਦਿਨ ਉਹ ਪਸ਼ੂ ਉਹਦੇ ਖਰਾਬ ਸਮਝ ਲਓ, ਉਹਦਾ ਉਹਦੇ ਕੋਈ ਹਾਰਮੋਨ ਦੀ ਗੜਬੜੀ ਹੋ ਗਈ, ਉਹਦਾ ਬੈਲੈਂਸ ਵਿਗੜ ਗਿਆ, ਉਸੇ ਦਿਨ ਦੇ ਉੱਤੇ ਹੀ ਆਪਾਂ ਜਿਹੜੀਆਂ ਚੀਜ਼ਾਂ ਦੀ ਘੋਲ ਕਰਦੇ ਹਾਂ ਵੀ ਲਿਆ ਦੋ ਮਤਲਬ ਕਮਾਂਡਿੰਗ ਟੀਕਾ ਫੜ ਕੇ ਉਹ ਕਰੋ, ਉਦੋਂ ਇਹੋ ਜਿਹੀ ਚੀਜ਼ ਪਾਉਣ ਦੀ ਕੋਸ਼ਿਸ਼ ਕਰੋ ਜਿਹੜੀ ਆਪ ਦਵਾਈ ਦਿਖਾਈ ਹੈ, ਸਕਰੀਨਸ਼ਾਟ ਹਰ ਇੱਕ ਕੋਲੇ ਹੋਵੇ, ਤੁਸੀਂ ਅਜਮਾ ਕੇ ਬਾਈ ਦੇਖਣ ਯੋਗ ਹੈ ਜੇ ਆਪਣੇ ਘਰੇ ਦੇ ਵਿੱਚ, ਜਦੋਂ ਉਹ ਚੀਜ਼ ਹਿਲਦੀ ਉਹ ਤਾਂ ਮੈਂ ਕਹਿੰਦਾ ਲੈ ਦੋ ਟਾਈਮ ਤਿੰਨ ਡੰਗ ਦੇ ਲਾ, ਦੂਜੀ ਸਾਂਭ ਕੇ ਰੱਖ ਲਾ ਪਾਉਂਦੀ ਹਿੱਲਣ ਹਟਾ ਦੂ ਬਾਈ। ਮੈਂ ਨਾ ਯਾਰ, ਮੈਂ ਨਾ ਕੰਪਨੀ ਦਾ ਇੱਕ ਨੰਬਰ ਲੈ ਕੇ ਸੀ ਨਾ ਪਾ ਦਿੰਦਾ ਵੀ ਜੇ ਤੁਹਾਨੂੰ ਨਹੀਂ ਮਿਲਦੀ ਕਿਤੇ ਮੈਡੀਕਲ ਸਟੋਰ ਤੋਂ ਤੁਸੀਂ ਲੈ ਸਕਦੇ ਆ, ਕੰਮ ਦੀ ਚੀਜ਼ ਆ,
ਬਾਈ ਪਿੰਦੀ ਨੇ ਕਹਿਤਾ ਤਾਂ ਵੈਰੀਫਾਈਡ ਆ, ਠੀਕ ਹੈ ਕਿ ਨਹੀਂ, ਕਿਉਂਕਿ ਪਿੰਦੀ ਬਾਈ 'ਤੇ ਅਸੀਂ ਵਿਸ਼ਵਾਸ ਕਰਦੇ ਹਾਂ, ਮਤਲਬ ਇੱਕ ਬਾਈ ਪਿੰਦੀ ਨਾਲ ਬਣੀ ਹੋਈ ਮਿੱਤਰਤਾ, ਇਹਦੀ ਜਾਣਕਾਰੀ ਅਤੇ ਕਿਸਾਨਾਂ ਨੂੰ ਜਿਹੜਾ ਇਹ ਇੱਕ ਤਰ੍ਹਾਂ ਨਾਲ ਉੱਪਰ ਚੱਕਣ ਲਈ ਮੇਲਾ ਕਰਾਉਂਦੇ ਆ, DFA ਦਾ ਮੇਲਾ ਜਿਹੜਾ ਵੱਡਾ ਮੇਲਾ, ਅਤੇ ਫਿਰ ਬਾਈ ਹੁਣੀ ਮਤਲਬ ਉਹ ਚੀਜ਼ 'ਤੇ ਬਹੁਤ ਧਿਆਨ ਦਿੰਦੇ ਆ ਵੀ ਕੋਈ ਬੰਦਾ ਉਸ ਤਰ੍ਹਾਂ ਦੀ ਸ਼ੋਸ਼ੇਬਾਜ਼ੀ ਦੇ ਵਿੱਚ ਨਾ ਵੱਡਾ ਬਣ ਜਾਵੇ, ਵੀ ਬੂਸਟ ਬਾਸਟ ਲਾ ਕੇ ਉਹਨਾਂ ਦੇ ਖਿਲਾਫ ਇਹਨਾਂ ਨੇ ਬਹੁਤ ਤਕੜੀ ਇੱਕ ਤਰ੍ਹਾਂ ਨਾਲ ਮੁਹਿੰਮ ਵਿੱਢੀ ਕਿ ਅਸੀਂ ਨੈਚੁਰਲੀ ਚਵਾਈ ਕਰਾਉਣੀ। ਹਾਂਜੀ, ਵੀ ਨੈਚੁਰਲੀ ਫਾਰਮ ਬਚਣ ਬਾਈ। ਹਾਂ, ਤਾਂ ਇਹ ਵੀ ਚੀਜ਼ ਹੈ ਯਕੀਨਣੀ, ਵੀ ਜਿਵੇਂ ਹੁਣ ਤੁਹਾਨੂੰ ਆਹ ਵੀ ਚੀਜ਼ ਦਿਖਾਤੀ, ਇਹ ਦਿਖਾਉਣੀ ਪੈਂਦੀ ਹੈ। ਜੇ ਮੰਨ ਲਾ ਸਾਨੂੰ ਨਾ ਕਹਿੰਦੀ ਕੰਪਨੀ ਦਿਖਾ ਤਾਂ ਕਿਸੇ ਨੇ ਹੋਰ ਵੀ ਦੇਣੀ ਸੀ, ਪਰ ਸਾਡੇ ਨਾਲ ਹਜ਼ਾਰਾਂ ਬੰਦਾ ਜੁੜਿਆ ਹੋਇਆ, ਅਸੀਂ ਤੁਹਾਨੂੰ ਦਿਖਾਵਾਂਗੇ ਕੱਲ੍ਹ ਨੂੰ ਚੀਜ਼ ਤੁਸੀਂ ਵਰਤੋਂਗੇ, ਤੁਸੀਂ ਆਪ ਹੀ ਕਹੋਗੇ ਵੀ ਬਾਈ ਬਾਕੀ ਸਹੀ ਹੈ, ਜੇ ਤਾਂ ਉਹ ਚੀਜ਼ ਦਿਖਾਉਣਗੇ ਤਾਂ ਉਹੀ ਦਿਖਾਉਣਗੇ ਜੇ ਰਿਜ਼ਲਟ ਹੈ, ਅਤੇ ਜੇ ਨਹੀਂ ਰਿਜ਼ਲਟ, ਮੇਰੇ ਆਪ ਖੁਦ ਮਿੱਤਰ ਹੈ ਜਿਨ੍ਹਾਂ ਦੀਆਂ ਕੰਪਨੀਆਂ ਵੀ ਆਪਦੀਆਂ ਬਹੁਤ ਹੈ, ਉਸ ਹਿਸਾਬ ਨਾਲ ਤਾਂ ਮਤਲਬ ਜੇ ਮਤਲਬ ਮੈਨੂੰ ਲਿਹਾਜ ਦੇ ਤੌਰ 'ਤੇ ਵੀ ਆਪਾਂ ਪਾਉਣੀ ਹੋਵੇ ਤਾਂ ਆਪਣੇ ਕੋਲ ਡੇਲੀ ਦੋ ਦੋ ਵੀਡੀਓ ਪਾ ਸਕਦੇ ਉਹਨਾਂ ਦੀਆਂ ਬਾਈ, ਕਿਉਂਕਿ ਲਿਹਾਜ ਵਾਲੇ ਬੰਦੇ ਤਾਂ ਬੈਠ ਜਾਣਾ ਵੀ ਪਾਈ ਯਾਰ, ਤਾਂ ਉਹ ਆਪਾਂ ਨੂੰ ਐਂ ਮੰਨਣਾ ਵੀ ਪਾਉਂਦੀ ਉਹਨਾਂ ਨਾਲ ਲਿਹਾਜ ਆ, ਉਹਨਾਂ ਨੂੰ ਸਮਝਾਈਦਾ ਵੀ ਤੂੰ ਚੀਜ਼ ਪਾ ਕੇ ਦੇਖ ਲੈ, ਜਿਹੜੀ ਮੱਝ ਕੰਮੇਗਾ ਤੈਨੂੰ ਟ੍ਰਾਇਲ ਨੂੰ ਦੇ ਦੂੰਗਾ, ਜੇ ਨਹੀਂ ਗੱਭਣ ਹੁੰਦੀ ਉਹ ਦੱਸ ਦੂੰ ਵੀ ਆਹ ਖੜੀ ਆ ਭਾਈ ਉਵੇਂ ਕਰ ਲਾ, ਰਿਜ਼ਲਟ ਦੇ ਦੀ ਤੇਰੇ ਸਾਹਮਣੇ, ਜਿੱਦੇ ਰਿਜ਼ਲਟ ਆ ਗਿਆ ਉਹਦੇ ਤੈਨੂੰ ਕਹਿਣ ਦੀ ਲੋੜ ਨਹੀਂ, ਉਹਦੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਮੈਂ ਨਾਲ ਦੀ ਨਾਲ ਵੀਡੀਓ ਸ਼ੁਰੂ ਕਰੂੰਗਾ। ਮੈਂ ਬਹੁਤ ਵੀਡੀਓ ਇਹੋ ਜਿਹੀਆਂ ਵੀ ਪਾਂਗਾ ਜਿਵੇਂ ਯਾਰ ਦੋਸਤ ਕਹਿੰਦਾ ਵੀ ਯਾਰ ਸਾਡਾ ਕਹਿੰਦੇ ਉਦੋਂ ਉੱਥੇ ਯਾਰ ਦੋਸਤਾਂ ਨੂੰ ਦੱਸਿਆ ਵੀ ਭਾਈ ਆਹ ਚੀਜ਼ ਵਰਤ ਕੇ ਤੁਸੀਂ ਦੇਖ ਸਕਦੇ ਆ, ਨਾ ਮੈਂ ਨੰਬਰ ਪਾਇਆ ਨਾ ਕੁਛ ਪਾਇਆ, ਵੀ ਜਿੱਦੇ ਮੈਨੂੰ ਰਿਜ਼ਲਟ ਆਇਆ ਮੈਂ ਦੱਸੂਗਾ, ਉਹਦੇ ਫਿਰ ਮਚਾਵਾਂਗੇ ਦਿਮਾਗ, ਜਿਹਦਾ ਰਿਜ਼ਲਟ ਨਹੀਂ ਆਉਂਦਾ ਉਹਦਾ ਮੈਂ ਦੁਬਾਰੇ ਬਾਈ ਉਹਦਾ ਦੱਸ ਦਈਦਾ, ਪਹਿਲੀ ਵੀਡੀਓ 'ਚ ਆਪਾਂ ਕਿਤੇ ਦੁਬਾਰੇ ਪਾਈ ਨਹੀਂ, ਠੀਕ ਹੈ। ਅਤੇ ਉਦੋਂ ਬਾਅਦ ਫਿਰ ਮੈਂ ਚੀਜ਼ ਹੁਣ ਜਿਹੜੀ ਚੀਜ਼ ਹੈ, ਕਈ ਵਾਰੀ ਕੰਪਨੀ ਵਾਲੇ ਭਰਾ ਵੀ ਕਹਿੰਦੇ ਵੀ ਬਾਈ ਬਣ ਕੇ ਹੈ ਨਾ ਵੀ ਤੂੰ ਮਾੜੀ ਜੀ ਯਾਰ ਸਾਡੇ ਬਾਰੇ ਦੱਸ ਦੇ, ਤੂੰ ਪਸ਼ੂ ਵਾਲੇ ਜੁੜੇ ਹੋਏ ਆ, ਕਿਸੇ ਭਰਾ ਦਾ ਫਾਇਦਾ ਹੋ ਜੂ ਜੇ ਚੰਗੀ ਚੀਜ਼ ਦੱਸਾਂਗੇ, ਕਿਸੇ ਦਾ ਖੜ ਲੱਗ ਜੂ, ਕੋਈ ਕੋਈ ਹੋਰ ਚੀਜ਼ ਹੁੰਦੀ ਆਪਾਂ ਉਹਨਾਂ ਨੂੰ ਦੱਸ ਦਈਦਾ ਵੀ ਭਾਈ ਬੱਚਿਆਂ ਨੂੰ ਤੁਸੀਂ ਆਹ ਪਾ ਕੇ ਤਿਆਰ ਛੇਤੀ ਕਰੋ, ਤਾਂ ਉਹਦੇ ਲਈ ਇਹੀ ਵਿਸ਼ਵਾਸ ਬਣਾਇਆ ਵੀ ਜੇ ਚੀਜ਼ ਉਹਦਾ ਪਹਿਲਾਂ ਜਦੋਂ ਆਪਣੇ ਕੋਲ ਵਰਤੀ ਜਾਂਦੇ ਜਦੋਂ ਪਤਾ ਲੱਗਦਾ ਵੀ ਹੈਗਾ ਨਹੀਂ ਯਾਰ ਬਾਕੀ, ਕਿਉਂਕਿ ਪਸ਼ੂ ਵਾਲਾ ਤਾਂ ਕੋਈ ਮਰਜ਼ੀ ਆ ਬਾਈ, ਪਾਉਂਦੀ ਨੋਰਮਲ ਹੈ ਪਾਉਂਦੀ ਚੰਗਾ, ਜਦੋਂ ਪਾਉਣੀ ਸਟਾਰਟ ਕਰਤੀ ਚੀਜ਼ ਉਹਨੂੰ ਰਿਜ਼ਲਟ ਮਿਲਣੀ ਆ, ਪਾਉਂਦੀ ਮਾੜਾ ਰਿਜ਼ਲਟ ਹੈ ਉਹ ਬੰਦਾ ਦੱਸ ਦੂ ਵੀ ਕੱਖ ਨਹੀਂ ਯਾਰ ਇਹਦੇ 'ਚ, ਚੰਗਾ ਗਾ ਉਹ ਕਰਕੇ। ਅਤੇ ਮੈਂ ਤਾਂ ਹੀ ਹਾਂ ਵੀ ਜਿਹੜੀਆਂ ਚੀਜ਼ਾਂ ਚੰਗੀਆਂ ਜਿਵੇਂ ਡਾਕਟਰ ਸੁਕਲੇ ਨੂੰ ਮੇਰੇ ਹਿਸਾਬ ਦੇ ਨਾਲ ਫਾਰਮ ਦੇ ਵਿੱਚ ਟਾਵਾਂ ਟੱਲਾ ਬੰਦਾ ਜਾਣਦਾ ਸੀ, ਨਾਲੇ ਆਪਾਂ ਕਿਹੜਾ ਉਹਨਾਂ ਤੋਂ ਕਿਤੇ ਪੈਸੇ ਲਿੱਤੇ ਆ, ਜਾਂ ਕੋਈ ਪੈਸੇ ਮੈਂ ਡਾਕਟਰ ਨਾਲ ਸੁਕਲੇ ਨੂੰ ਜਾਣਦਾ ਨਾ ਉਹਨਾਂ ਦੀ ਕੰਪਨੀ ਨੂੰ ਜਾਣਦਾ ਕਿੱਥੇ ਆ, ਪਰ ਮੈਨੂੰ ਪਤਾ ਸੀ ਹੋਮੋਪੈਥਿਕ ਦਵਾਈ ਮਟੈਟਸ ਆ ਜਾਂਦੀ, ਕਦੇ ਲੋਟ ਨਹੀਂ ਆਉਂਦੀ ਸੀ, ਆਪਾਂ ਜਾ ਕੇ ਬਾਈ ਜੀ ਤਿੰਨ ਡੰਗ ਟੀਕੇ ਲਾਉਂਦੇ, ਚੌਥੇ ਡੰਗ ਡਾਕਟਰ ਸੁਕਲੇ ਲੈਣਾ, ਜਿਵੇਂ ਜਿਵੇਂ ਦਵਾਈਆਂ ਆਉਂਦੀਆਂ ਉਵੇਂ ਜੇਕਰ ਉਹਨਾਂ ਦਾ ਜੋੜ ਬਣਾਉਣਾ ਸਿੱਖ ਲਿਆ, ਮੰਗਾ ਲਿਆ ਮੈਂ ਇਕੱਠੀਆਂ ਵੀ ਆਹ ਟਾਈਮ 'ਤੇ ਆਹ ਦੇਊਂਗਾ, ਆਹ ਟਾਈਮ 'ਤੇ ਆਹ ਦੇਊਂਗਾ, ਫਿਰ ਮੈਂ ਸਿੱਧੀ ਦੁੱਧ ਪੂਰਾ ਕਰੂੰ, ਉਹ ਜੋੜ ਚਲੋ ਅੱਡੋ ਅੱਡ ਆਪਦੇ ਬੰਦਾ ਦਿਮਾਗ ਨਾਲ ਬਣਾ ਲੈਂਦਾ, ਦਵਾਈਆਂ ਸਾਰੀਆਂ ਆਉਂਦੀਆਂ, ਉਹ ਮੈਂ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਮੈਂ ਵਰਤੀਆਂ ਮੈਂ ਉਵੇਂ ਜੇਕਰ ਲੋਕਾਂ ਨੂੰ ਵੀ ਦੱਸਿਆ, ਅਤੇ ਜਿਹੜੇ ਬੰਦੇ ਨੇ ਵਰਤੀ ਉਹ ਵੀ ਵਿਚਾਰਾ ਉਹ ਵੀ ਕਹਿੰਦਾ ਵੀ ਬਾਈ ਠੀਕ ਹੈ ਯਾਰ, ਮੈਨੂੰ ਲੋਕ ਵਿੱਚ ਕਹਿਣਗੇ ਕਹਿੰਦੇ ਯਾਰ ਜਦੋਂ ਮੱਝਾਂ ਹੀਟ ਹੂਟ 'ਚ ਨਹੀਂ ਆਉਂਦੀਆਂ ਤਾਂ ਤੂੰ ਟੋਟਾ ਬਿੱਟ ਬੜਾ ਕਹਿੰਦੇ ਨਾ ਪਾਊਡਰ ਪਾਉਣਾ, ਮੈਂ ਕਿਹਾ ਯਾਰ ਪਤਾ ਨਹੀਂ ਕੀ ਗੱਲ, ਜਿਵੇਂ ਆਪਾਂ ਕਹਿੰਦੇ ਹਾਂ ਵੀ ਜਿਹਨੂੰ ਆਰਾਮ ਆਉਣਾ ਸਵਾਹ ਦੀ ਚੂੰਡੀ ਨਾਲ ਆ ਜਾਂਦਾ, ਘਰਾਂ ਵਾਲਾ ਜਿਹੜੇ ਨੋਰਮਲ ਭਰਾ ਗਏ ਹਜੇ ਨਵੇਂ ਮੁੰਡੇ ਕੰਮ ਦੇ ਕਰਦੇ ਉਹ ਪਾਊਡਰ ਪੂਡਰ ਨਹੀਂ ਪਾਉਂਦੇ, ਉਹਦੇ ਵਿੱਚ ਟੋਟਾ ਬਿੱਟ ਦੇ ਵਿੱਚ ਦੋ ਚਾਰ ਚੀਜ਼ਾਂ ਇਹੋ ਜਿਹੀਆਂ ਬਾਈ, ਜਦੋਂ ਮਰਜ਼ੀ ਜਿਹੜਾ ਮਰਜ਼ੀ 100 ਦੇ ਵਿੱਚੋਂ 10 ਬੰਦੇ ਕਹਿ ਸਕਦੇ ਆ ਵੀ ਨਹੀਂ ਯਾਰ ਹੀਟ ਬੋਲੀ ਨਹੀਂ, ਕਿਉਂਕਿ ਉਹਦੇ 'ਚ ਕੋਈ ਘਾਟ ਹੋ ਸਕਦੀ ਹੈ, ਪਰ ਜ਼ਿਆਦਾਤਰ ਜਿਹੜੇ ਬੰਦੇ ਟੋਟਾ ਬਿੱਟ ਪਾਊਡਰ ਇਸਤੇਮਾਲ ਕਰਨ ਲੱਗ ਜਾਂਦੇ ਸੀ ਉਹਦੇ 10 ਤੋਂ 15 ਦਿਨਾਂ ਦੇ ਵਿੱਚ ਹੀ ਮਰਜ਼ੀ ਹੀਟ ਆ ਜਾਂਦੀ, ਅਗਲਾ ਕਹਿੰਦਾ ਬਾਈ ਪਿੰਦੀ ਧੰਨਵਾਦ ਯਾਰ 1.5 ਸਾਲ ਹੋ ਗਏ ਝਾਕਦਿਆਂ ਨੂੰ, ਠੀਕ ਹੈ, ਉਹ ਬੜੀ ਦਿਲ ਨੂੰ ਸਕੂਨ ਜਿਹਾ ਮਿਲਦਾ ਵੀ ਯਾਰ ਜੇ ਵਧੀਆ ਚੀਜ਼ਾਂ, ਨਾਲੇ ਉਹ ਤਾਂ ਕੰਪਨੀਆਂ ਵੱਡੀਆਂ ਵੀਰੇ, ਆਪਾਂ ਤਾਂ ਕੋਈ ਮਾਲਕ ਨੂੰ ਨਹੀਂ ਜਾਣਦੇ ਉਹਨਾਂ ਦੇ, ਤਾਂ ਆਪਾਂ ਨੂੰ ਤਾਂ ਕੋਈ ਕਹਿੰਦਾ ਬਾਬਾ ਐਡਾਂ ਤਾਂ ਬਾਹਲੀ ਦੂਰ ਦੀ ਗੱਲ ਹੈ, ਉਹ ਤਾਂ ਟੀਮ ਗਾਲ ਗੰਗ ਕੰਪਨੀਆਂ, ਪਰ ਆਪਾਂ ਉਹ ਵੀ ਚੀਜ਼ਾਂ ਲੋਕਾਂ ਨੂੰ ਸਹੀ ਦੱਸਦੇ ਹਾਂ ਬਾਈ, ਮੇਰਾ ਮੰਨਣਾ ਵੀ ਜੇ ਫਾਰਮ ਦੇ ਵਿੱਚ ਆਪਣਾ ਟਾਰਗੇਟ ਇਹੀ ਹੈ ਜਿਵੇਂ ਮੇਲਾ ਕਰਾਉਣੇ ਹੁਣ BFA ਦਾ ਪਤਨਾ ਉਲੇ, ਫਿਰ ਆਪਣਾ ਉਹੀ 30 ਨਵੰਬਰ 1-2-3 ਦਸੰਬਰ ਨੂੰ ਆ ਜਾਣਾ ਬਾਈ, ਉਹਦਾ ਟਾਰਗੇਟ ਇਹੀ ਹੈ ਵੀ ਜੇ ਆਪਾਂ ਮੁੰਡਿਆਂ ਨੂੰ ਕਿਸੇ ਕੋਲੋਂ ਬਚਾਵਾਂਗੇ, ਵੀ ਜਿਵੇਂ ਹੁਣ
ਜਿਵੇਂ ਅੱਜ ਮੱਝ ਵਾਲੀ ਆਪਾਂ ਟੀਕੇ ਵਾਲੀ ਗੱਲ ਦਿਖਾਈ ਹੈ ਵੀ ਭਾਈ ਤੁਸੀਂ ਇਹ ਵਰਤੋਂ ਜਮਾਂ ਹਿੱਲਣ ਨੂੰ ਹਟ ਜਾਂਦੀ ਹੈ। ਜੇ ਉਹਨਾਂ ਨੂੰ ਆਪਾਂ ਸਹੀ ਚੀਜ਼ਾਂ ਦੱਸਾਂਗੇ ਭਾਈ ਉਹਨਾਂ ਨੂੰ ਉਲਝਣ ਦੀ ਲੋੜ ਨਹੀਂ, ਭੜਕਣ ਦੀ ਲੋੜ ਨਹੀਂ, ਉਹਨਾਂ ਨੂੰ ਪਤਾ ਹੋਵੇ ਵੀ ਆਹ ਪ੍ਰੋਡਕਟ ਸਾਡੇ ਵਾਸਤੇ ਸੱਚਮੁੱਚ ਕਾਮਯਾਬ ਹੈ, ਵੀ ਕੋਈ 10 ਮੱਝਾਂ 'ਚੋਂ 2 ਪਾਉਂਦੀ ਨਾ ਮੰਨਣ ਕਿਸੇ ਚੀਜ਼ ਨੂੰ ਜਿਹੜੀਆਂ ਤਾਂ ਜਮੀ ਦਿਮਾਗ ਲੈ ਜਾਂਦਾ, ਅਤੇ 8 ਮੱਝਾਂ 100% ਗਰੰਟੀ ਵਾਲਾ ਕੰਮ ਹੀ ਹੈ ਵੀ ਚੀਜ਼ ਨੂੰ ਹਰ ਇੱਕ ਚੀਜ਼ ਜਿਹੜੀ ਵੀ ਹੋਰ ਵੀ ਭਾਉਂਦੀ ਕੰਪਨੀ ਦੀਆਂ ਵੀ ਕੰਮ ਦਿੰਦੀ ਹੈ। ਉਹ ਬੰਦੇ ਨੂੰ ਬਸ ਇੰਨੀ ਕੁ ਨੌਲੇਜ ਹੋਵੇ ਨਵੇਂ ਮੁੰਡੇ ਨੂੰ ਭਾਉਂਦੀ, ਉਹ ਆਪਾਂ ਤੋਂ ਸਿੱਖ ਕੇ ਡੈਰੀ 'ਤੇ ਲੈ ਕੇ ਰੱਖੇ, ਉਹਦੇ ਘਰੇ ਰੱਖੀ ਹੋਵੇ, ਜੇ ਕੋਈ ਗੜਬੜ ਪਵੇ ਉਹ ਦੇਵੇ, ਅਤੇ ਨਾਲ ਦੀ ਨਾਲ ਉਹ ਆਪਣਾ ਦਿਲ ਦੇ ਵਿੱਚੋਂ ਆਪਣੇ ਵਾਸਤੇ ਇੱਕ ਸੀਸ ਦੇਵੇ ਵੀ ਯਾਰ ਜਿਉਂਦੇ ਰਹੋ ਬਾਈ। ਉਹ ਬੰਦੇ ਨੂੰ ਦੇਖਿਆ ਯਾਰ ਵੀ ਨਜ਼ਾਰਾ ਆ ਗਿਆ, ਕੱਲ੍ਹ ਦੀ ਝੋਟੀ ਹਿਲਦੀ ਸੈੱਟ ਹੋ ਗਈ, ਕੱਲ੍ਹ ਸਾਡੀ ਦੇ ਚੱਡੇ 'ਚ ਫਲਡ ਪੈ ਗਿਆ, ਅੱਜ ਦੁੱਧ ਪੂਰਾ ਹੋ ਗਿਆ, ਪਰਸੋਂ ਸਾਡੀ ਰਹਿੰਦੀ ਨਹੀਂ ਸੀ, ਅੱਜ ਸਾਡੀ ਗੱਭਣ ਹੋ ਗਈ। ਉਹ ਚੀਜ਼ਾਂ ਨਾਲ ਬਾਈ ਜਿਹੜਾ ਮਨ ਦਾ ਸਕੂਨ ਆ ਨਾ ਉਹ ਬੜੀ ਜ਼ਿਆਦਾ ਚੰਗੀ ਚੀਜ਼ ਹੈ। ਬਹੁਤ ਚੰਗਾ ਲੱਗਿਆ ਅਤੇ ਬਾਈ ਬਹੁਤ ਚੰਗਾ ਲੱਗਿਆ। ਪਿੰਦੀ ਪਿੰਦੀ ਬਾਈ ਦਾ ਨਾ ਚੈਨਲ ਆ ਯੂਟਿਊਬ 'ਤੇ ਪਿੰਦੀ ਸਿੱਧੂ, ਤੇ ਪਿੰਦੀ ਸਿੱਧੂ ਹਾਂਜੀ ਪਿੰਦੀ ਸਿੱਧੂ ਫਾਰਮ ਤੇ ਪਿੰਦੀ ਸਿੱਧੂ ਫਾਰਮ ਤੇ ਫੇਸਬੁੱਕ ਤੇ ਵੀ ਹੈ ਪਿੰਦੀ ਸਿੱਧੂ ਫਾਰਮ। ਹਾਂਜੀ ਬਾਈ, ਤੇ ਤੁਸੀਂ ਨਾ ਇਹ ਬੰਦੇ ਨੂੰ ਸੱਚੀ ਜੇ ਤੁਸੀਂ ਮੱਝ ਰੱਖਦੇ ਆ ਨਾ, ਕੱਟੀ ਵੀ ਰੱਖੀ ਹੋਈ ਆ, ਤੁਸੀਂ ਬਾਈ ਨੂੰ ਫਾਲੋ ਕਰਕੇ ਰੱਖ ਲਓ। ਇਹ ਬੰਦਾ ਤੁਹਾਡੇ ਇੰਨਾ ਕੰਮ ਦਾ ਨਾ, ਇਹਦੀ ਬੰਦੇ ਦੀ ਵੀਡੀਓ ਆ ਨਾ ਜਿਹੜੀ ਉਹ ਇੰਨੀ ਕੰਮ ਆਉਂਦੀ ਆ ਯਾਰ, ਬੰਦੇ ਦੀ ਇੰਨੀ ਕੰਮ ਆਉਂਦੀ ਆ। ਮੈਂ ਕਹਿੰਦਾ ਯਾਰ ਛੱਡੋ ਯਾਰ, ਕੱਟੀ ਨਹੀਂ ਰੱਖੀ ਨਾ ਤਾਂ ਵੀ ਫਾਰਮ ਨਾ, ਤੁਸੀਂ ਇਹਦਾ ਨਾ ਚੈਨਲ ਸਬਸਕ੍ਰਾਈਬ ਕਰ ਲਓ।